ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਮਿਹਨਤਾਂ ਕਾਬਜ਼ਾਂ ਕਰਕੇ ਖੂਬਸੂਰਤ ਤੇ ਜਨਾਬ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੁਣਾ, ਜਿਹੜੀ ਅੱਜ ਵੀਡੀਓ ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਨੂੰ ਦਿਖਾਉਣ ਲੱਗਿਆ, ਕੈਮਰੇ ਦੀ ਨਜ਼ਰ ਦੇ ਸਾਹਮਣੇ ਲਿਆਉਣ ਲੱਗਿਆ। ਔਰ ਮੇਰੇ ਵੀਰ ਭਰਾ ਦੋਸਤ ਵੇਖਣ, ਮਾਸ਼ਾਅੱਲਾ ਚੋਲਸਤਾਨੀ ਫਰੀਜ਼ ਕ੍ਰਾਸ ਕੀਤੀ ਹੈ ਸਿਰੋ ਦੋਸਤੋ ਜੀ, ਜਿਹੜਾ ਮੋਨੀ ਮੋਨੀ ਕੀਤੀ ਹੋਈ। ਔਰ ਜਨਾਬੇ ਲਈ ਕੰਮ ਸੋ ਕੰਮ ਲੈਣ ਗੱਡੀ ਦੇ ਡੱਬੇ ਜਿੰਨੀ ਜਨਾਬੇ ਲਈ ਚੌੜੀ, ਜਿਹਨੂੰ ਕਹਿੰਦੇ ਨੇ ਬਾਈ ਵੀਲਰ, ਜਿਹਨੂੰ ਜਨਾਬ ਲੰਮੀ ਹੈ। ਔਰ ਜਨਾਬੇ ਲਈ ਬੈਡ ਦਾ ਲੰਬਾਈ, ਕੱਦ, ਕਾਠ, ਨਸਲ, ਜ਼ਾਤ ਸਭ ਕੁਛ ਮੇਰੇ ਵੀਰਾਂ ਦੇ ਸਾਹਮਣੇ। ਗਰਮੀ ਸਰਦੀ ਦੀ ਸ਼ਹਿਜ਼ਾਦੀ, ਔਰ ਇਹਨਾਂ ਨੂੰ ਕਹਿੰਦੇ ਚੋਲਸਤਾਨੀ ਫਰੀਜ਼ ਕ੍ਰਾਸ। ਪੂਰਾ ਮੋਟ ਮੋਟ ਦਾ ਥਣ ਰੋਗ ਰੋਗ ਦਾ ਵਿੱਚੇ ਚੁਆਈ ਕਰਾਵਾਂਗਾ। ਥੱਬਿਆਂ ਦਾ ਆਰਡਰ ਕੁਆਲਿਟੀ ਹੈ, ਗਾਂ ਦੀਆਂ ਬਰੀਕੀਆਂ ਵੇਖਣੀਆਂ ਨੇ, ਗਾਂ ਦੀ ਨਸਲ ਵੇਖਣੀ ਹੈ, ਲੈਣੇ ਦੇਣੇ ਮੁਕੱਦਰ ਹੋਣਗੇ, ਸੌਦੇ ਦੋਸਤਾਂ ਮੁਸੀਬਾ ਦੇਣਗੇ। ਇਨਸ਼ਾਅੱਲਾ ਤਾਲਾ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਬਿਰਲੀਆਂ ਜਿਹੀਆਂ ਗਾਵਾਂ ਜੰਮਦੀਆਂ ਨੇ, ਰੋਜ਼ ਰੋਜ਼ ਨਹੀਂ ਜੰਮਦੀਆਂ। ਔਰ ਮੇਰੇ ਵੀਰ ਮਾਸ਼ਾਅੱਲਾ ਵੇਖ ਲੈਣ, ਬੜਾ ਸਾਫ਼ ਸੁਥਰਾ ਜਨਾਬੇ ਲਈ ਆਰਡਰ ਕੁਆਲਿਟੀ ਦਾ ਬਹੁਤ ਸੋਹਣਾ ਥਣ, ਕੱਦ ਕਾਠ ਬੜਾ, ਔਰ ਪਿਓਰ ਜਨਾਬੇ ਲਈ ਚੋਲਸਤਾਨ ਦੇ ਵਿੱਚ ਫਰੀਦੀਆਂ ਦਾ ਕ੍ਰੋਸ ਹੈ, ਜਿਹਨੂੰ ਕਹਿੰਦੇ ਨੇ ਲੱਤ ਬੜੀ ਮੋਟੀ, ਗਾਂ ਦੀ ਲਾਂਭ ਬੜੀ, ਔਰ ਰੰਗ, ਟੰਗ, ਨਸਲ, ਜ਼ਾਤ ਹਰ ਸ਼ੈ ਗਾਂ ਦੇ ਆਪੇ ਵੀ ਮੂੰਹ ਬਿਆਨ ਕਰਦੀ ਪਈ। ਅੱਜ ਜਿਹੜਾ ਭਾਈ ਮੋਟਾ, ਕੋਈ ਜਨਾਬੇ ਤਾਰਫ ਦਾ ਮੁਤਾਜ ਨਹੀਂ, ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਵੀਰ ਦਾ ਇੱਕ ਨਾਂ ਹੈ, ਜਾਨਵਰ ਸਾਫ਼ ਸੁਥਰਾ ਦਿਖਾਏਗਾ। ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਹਰ ਆਦੇ ਭਰਾ ਨਾਲ ਉਹਦੇ ਨਾਲ ਜੁੜਦਾ ਹੈ ਕਿ ਜਿਹੜਾ ਜਾਨਵਰ ਸਾਫ਼ ਸੁਥਰਾ ਲਿਆਏ, ਔਰ ਜਨਾਬੇ ਰੇਟ ਮਕੂਲ ਕਰੇ। ਸਾਡੀ ਹਰ ਵੀਰ ਨੂੰ ਡਿਮਾਂਡ ਹੁੰਦੀ ਹੈ ਕਿ ਰੇਟ ਮਕੂਲ ਕਰਨਾ, ਇਨਸ਼ਾਅੱਲਾ ਰੇਟ ਵੀ ਮਕੂਲ। 8 GD ਮਾਸ਼ਾਅੱਲਾ ਗਾਂ, ਇਹ ਨਹੀਂ ਕਿ ਨਿੱਕੇ ਜਿਹੇ ਕੱਦ ਦੀ ਹੋਵੇ, ਟੈਣੀ ਹੋਵੇ, ਨਹੀਂ, ਕੱਦ ਕਾਠ ਬੜਾ, ਗਾਂ ਦਾ ਲਾਮ ਬੜੀ, ਗਾਂ ਦੇ ਪੁੱਠੇ ਟਾਕਾਂ ਹਰ ਸ਼ੇ ਚੈੱਕ ਕਰਨੀ ਹੈ, ਗਾਂ ਦੀ ਚਮਕ ਚੈੱਕ ਕਰਨੀ ਹੈ, ਚਮਕ ਦੱਸਦੀ ਪਈ ਹੈ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ। ਔਰ ਇਧਰਲੇ ਮਣੇ ਮੈਂ ਖੜਾ, ਗਾਂ ਦੀ ਹਾਈਟ ਵੇਖ ਲੈਣ, ਗਾਂ ਦਾ ਕੱਦ ਵੇਖ ਲੈਣ, ਇਨਸ਼ਾਅੱਲਾ ਤਾਲਾ ਹਰ ਗੱਲ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ। ਔਰ ਗਾਂ ਨੇ ਰੇਟ ਅੱਜ ਆਪ ਹੀ ਕਰਨਾ ਹੈ, ਰੇਟ ਵੀ ਇਹਦਾ ਉਹ ਹੀ ਮੰਗਿਆ ਜਾਣਾ ਕਿ ਜਿੰਨੇ ਦੀ ਬਾਈ ਦੀ ਗਾਂ ਹੈ। ਔਰ ਜਨਾਬੇ ਦੀ ਹਲੇ ਛਿੱਕ ਦਾ ਦੰਦ ਕੰਨੀ ਵਾਲੇ ਕੰਨੀ ਕੱਢੇ, ਛਿੱਕ ਦੇ ਪੂਰੇ ਕਰ ਲਏ ਨੇ, ਮੂੰਹ ਜਨਾਬ ਛਿੱਗੀ, ਦੂਸਰਾ ਸੂਆ। ਔਰ ਜਨਾਬੇ ਲਈ ਲਾਜਵਾਬ ਗਾਏ, ਥੱਪੇ ਦਾ ਆਰਡਰ ਕੁਆਲਿਟੀ, ਪ੍ਰਿੰਟ, ਰੰਗ, ਟੰਗ ਹਰ ਚੀਜ਼ ਆਪਣੇ ਵੀਰਾਂ ਦਿਖਾਉਂਦਾ ਪਿਆ, ਔਰ ਲੈਣ ਦੇਣ ਮੁਕਦਰਾਂ ਦਾ ਸੌਦੇ ਨਸੀਬਾਂ ਦੇ। ਭਾਈ ਜੀ ਲਾਓ ਬੱਚਾ, ਔਰ ਮੇਰੇ ਵੀਰ ਦੇਖਦੇ ਪਏ ਨੇ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਜਾਨਵਰ ਜਿਹੜਾ ਮਾਸ਼ਾਅੱਲਾ ਸੀਲਤਾ ਵੱਲੋਂ, ਨਸਲ ਜ਼ਾਤ ਵੱਲੋਂ, ਹਰ ਗੱਲ ਵੱਲੋਂ ਆਪਣਾ ਆਪ ਬਿਆਨ ਕਰਦਾ ਪਿਆ ਇਨਸ਼ਾਅੱਲਾ ਤਾਲਾ। ਬੈਠਦੀਆਂ ਸੀਲਤਾ ਵੇਖ ਲੈਣ, ਵੰਗਾ ਵੀ ਨਾ ਮੇਰਾ ਕੋਈ ਵੀਰ ਪਾਵੇ, ਗਾਂ ਦੀ ਲਾਮ, ਕੱਦ, ਕਾਠ, ਨਸਲ ਮੈਂ ਬਾਰ ਬਾਰ ਕਹਿੰਦਾ ਪਿਆ, ਗਾਂ ਦੀ ਆਪਣਾ ਆਪ ਦੱਸਦੀ ਪਈ ਹੈ। ਜਦੋਂ ਬਾਈ ਕਹਿੰਦਾ ਨੁੱਚੜ ਜਾਂਦੀ ਹੈ, ਚੁੱਪ ਜਾਂਦੀ ਹੈ, ਐਨ ਨਿੱਬੂ ਤਰ੍ਹਾਂ ਨੁੱਚੜ ਜਾਏਗੀ, ਔਰ ਟਿਸ਼ੂ ਪੇਪਰ ਬਣ ਜਾਏਗਾ, ਜਿਵੇਂ ਵਲੇਟ ਕੇ ਜਨਾਬੇ ਲਈ ਸਿੱਟ ਦੀ ਗਈ, ਇਸ ਤਰੀਕੇ ਹੋ ਜਾਏਗਾ ਜਨਾਬੇ ਲਈ ਵਲੇਟਿਆ ਜਾਏਗਾ ਚੁਆਈ ਦੇ ਵਿੱਚ। ਇਹਨਾਂ ਨੂੰ ਕਹਿੰਦੇ ਨੇ ਦੁੱਧ ਦਾਰੀਆਂ ਬਰੀਕੀਆਂ, ਪੂਰੀ ਗਾਂ ਦੇ ਆਰਾਂ ਨੂੰ ਚੈੱਕ ਕਰਨਾ, ਗਾਂ ਦੀਆਂ ਬਰੀਕੀਆਂ ਨੂੰ ਵੇਖਣਾ, ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਇਨਸ਼ਾਅੱਲਾ ਤਾਲਾ ਵੀਡੀਓ ਪਸੰਦ ਆਏਗੀ। ਵੀਡੀਓ ਪਸੰਦ ਆਵੇ ਇਹਨੂੰ ਹਮੇਸ਼ਾ ਤਰ੍ਹਾਂ ਲਾਈਕ ਕਰਦਾ ਰਹਿਣਾ, ਸ਼ੇਅਰ ਕਰਦਾ ਰਹਿਣਾ, ਕਮੈਂਟ ਕਰਦਾ ਰਹਿਣਾ, ਔਰ ਤੁਹਾਡੇ ਦੇਸ਼ ਪੰਜਾਬ ਟੀਵੀ ਨੂੰ ਜਨਾਬੇ ਲਈ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਕਿ ਤੁਹਾਡੇ ਲਈ ਜਨਾਬੇ ਲਈ ਹਰ ਰੋਜ਼ ਖੂਬਸੂਰਤ ਔਰ ਲਾਜਵਾਬ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹੀਏ। ਚਲੋ ਜੀ ਭਾਈ, ਤੁਹਾਨੂੰ ਪਤਾ ਕੀ ਕਰੋ, ਪਹਿਲੇ ਖੱਬੇ ਹੱਥ ਨਾਲ ਬਾਲਟੀ ਚੁੱਕੋ, ਸੱਜੇ ਹੱਥ ਨਾਲ, ਸਾਰੇ ਹੱਥਾਂ ਨਾਲ ਜਿਹੜਾ ਤਾਰ ਤਾਰ ਮਾਰ ਕੇ ਵਿਖਾਓ ਵੀਰਾਂ ਨੂੰ, ਸਾਰੇ ਹੱਥਾਂ ਨਾਲ ਚਾਰ ਚਾਰ, ਇਹ ਮੋਟਾ ਜੁਆ ਗੁੱਠੇ ਜਿੱਡਾ ਵੰਗਾ ਵੀ ਨਹੀਂ ਵਹਿਣ ਨੂੰ ਪਾਇਆ, ਕਿਉਂਕਿ ਵੰਗਾ ਪਾਇਆ ਨਹੀਂ ਜਾਂਦਾ, ਆਰਡਰ ਕੁਆਲਿਟੀ ਮਾਸ਼ਾਅੱਲਾ ਗਾਂ ਕੋਲ ਲੈ, ਇਹ
ਚੁਆ ਵੇਖਣ ਮੇਰੇ ਭਰਾ, ਜਿਹੜੇ ਕਹਿੰਦੇ ਨੇ ਕਿ ਚੁਆ ਹੋਵੇ ਗਾਂ ਦਾ ਪੂਲੇ ਰੰਗਾ, ਪਸਮਾਲ ਲੋਹੇ ਰੰਗਾ, ਅਗਲਾ ਥਣ ਕੂਣੀ ਕਿੱਥੇ ਬਾਈ ਦੀ ਔਰ ਅਗਲਾ ਥਣ ਕਿਵੇਂ ਬਾਈ ਨੇ ਫੜਿਆ। ਵਿਰਲਾ ਚੈੱਕ ਕਰ ਲੈਣ, ਗਾਂ ਦੀਆਂ ਵੰਡਾਂ ਸਾਰੀਆਂ ਵਿਖਾਉਂਦਾ ਪਿਆ ਆਪਣੇ ਵੀਰਾਂ ਨੂੰ, ਔਰ ਪੂਰੀ ਸੀਲ ਸਾਊ ਔਰ ਨਸਲ ਜਾਤੋਂ ਜਿਵੇਂ ਮਰਜ਼ੀ ਕਰਦੇ ਰਹੀਏ, ਬੋਲਦੇ ਰਹੀਏ, ਨਹੀਂ ਹਿੱਲਣ ਜੁੱਲਣ ਵਾਲੀ ਇਹ ਜੀ ਆ ਆਰਡਰ ਕੁਆਲਿਟੀ 'ਚ, ਇਹ ਜਿਹੀਆਂ ਸੀਲਤਾਂ 'ਚ, ਇਹ ਜਿਹਾ ਕੱਦਾਂ 'ਚ, ਇਹ ਜਿਹਾ ਕਾਠਾਂ 'ਚ, ਇਹ ਜਿਹਾ ਪ੍ਰਿੰਟਾਂ 'ਚ, ਗਰਮੀ ਸਰਦੀ ਦੀ ਸ਼ਹਿਜ਼ਾਦੀ ਰੋਜ਼ ਗਾਂ ਨਹੀਂ ਲੱਭਦੀ ਦੋਸਤੋ। ਤਸੱਲੀਆਂ ਅੱਲਾ ਦੇ ਹੁਕਮ ਨਾਲ ਹਰ ਚੀਜ਼ ਮੇਰੇ ਵੀਰਾਂ ਸਾਹਮਣੇ ਮਾਸ਼ਾਅੱਲਾ ਲਾਜਵਾਬ ਬਾ ਕਮਾਲ। ਬੜਾ ਗਾਂ ਨੂੰ ਅੱਲਾ ਨੇ ਚੁਆ ਅਨਮੋਲ ਲਾਇਆ ਮਾਸ਼ਾਅੱਲਾ, ਬੜਾ ਅਨਮੋਲ ਚੁਆ ਲਾਇਆ, ਪੂਲੇ ਪੈਂਦੇ ਪਏ ਨੇ ਮਾਸ਼ਾਅੱਲਾ, ਜਿਹਨਾਂ ਲੋਕ ਕਹਿੰਦੇ ਨੇ ਪੂਲੇ। ਕੈਮਰੇ ਦੀ ਅੱਖ ਦੇ ਸਾਹਮਣੇ ਪੂਰੀ ਬਾਲਟੀ ਮੇਰੇ ਵੀਰਾਂ ਦਿਸਦੀ ਪਈ ਹੈ, ਪੂਰੀ ਅੱਗੋਂ ਗਾਂ ਦਿਸਦੀ ਪਈ ਹੈ, ਪੂਰਾ ਚੁਆ ਦਿਸਦਾ ਪਿਆ, ਪੂਰੀਆਂ ਤਸੱਲੀਆਂ ਹੁੰਦੀਆਂ ਪਈਆਂ ਨੇ ਮੇਰੇ ਵੀਰਾਂ ਦੇ ਸਾਹਮਣੇ ਨੇ। ਮੁਹੱਬਤਾਂ ਦੇ ਚਾਹਤਾਂ ਵਾਲੇ ਰੇਟ ਹੋਣਗੇ ਅੱਲਾ ਦੇ ਫਜ਼ਲ ਨਾਲ। ਦੁੱਧ ਵੀ ਬਿਲਕੁਲ ਵਾਈਟ ਹੋਏਗਾ ਗਾਏ ਦਾ ਮਾਸ਼ਾਅੱਲਾ, ਸਫੈਦ ਚਿੱਟਾ ਮੱਝਾਂ ਰੰਗਾ। ਬਿਲਕੁਲ ਤੁਸੀਂ ਭਾਈ ਜਿਹੜੀ ਮੈਨੂੰ ਗੱਲ ਦੱਸੀ ਨਾ, ਮੋਟਾ ਜੀ ਕੀ ਨਾਂ ਹੈ ਆਪਣਾ? ਮੁਹੰਮਦ ਅਸਗਰ। ਭਾਈ ਮੁਹੰਮਦ ਅਸਗਰ ਸਾਹਿਬ, ਜਿਹੜੀਆਂ ਤੂੰ ਗੱਲਾਂ ਦੱਸੀਆਂ ਨੇ ਨਾ, ਮੈਂ ਗਾਂ ਦੇ ਉੱਤੇ ਆ ਕੇ ਖੁਦਾ ਜਾਣਦਾ ਉਹ ਵੀ ਪਾਈਆਂ ਨੇ। ਤੂੰ ਮੈਨੂੰ ਕਿਹਾ ਕਿ ਗਾਂ ਅੱਲਾ ਦੇਖੋ ਨਾ ਮੇਰੀ ਹੈ, ਕਮ ਸੇ ਕਮ ਠੰਡਾ ਦੁੱਧ ਕਿੰਨਾ ਆਪਣੀ ਗਾਂ ਕੋਲੇ? ਚੌਵੀ ਪੱਚੀ ਲੀਟਰ ਠੰਡਾ ਦੁੱਧ ਹੈ। ਇਹ ਪਹਿਲੇ ਆਵਾਜ਼ ਚੁੱਪਣ ਤੋਂ ਆਇਆ, ਗਾਂ ਚੁੱਪਦੀ ਪਈ ਹੈ। ਭਾਈ ਜਾਨ ਬਾਲਟੀ ਉੱਥੇ ਰੱਖ ਦਿਓ, ਉੱਥੇ ਰੱਖ ਦਿਓ ਕਿਧਰ ਨਹੀਂ ਬਾਈ ਜੀ, ਬਾਲਟੀ ਮੂਧੀ ਕਰਕੇ ਨਹੀਂ ਤੁਸੀਂ ਵਿਖਾਈ ਵੀਰੇ। ਚੱਲ ਦੋਸਤਾਂ ਦੀਆਂ ਤਸੱਲੀਆਂ ਕਰਾਉਂਦੀ ਪਈ ਹੈ, ਔਰ ਦੁੱਧ ਵੀ ਸਫੈਦ, ਗਾਂ ਨਸਲੋ ਜਾਤੋਂ ਵੀ ਚੰਗੀ, ਵਜੂਦੋਂ ਵੀ ਚੰਗੀ, ਕਦੋਂ ਕਾਠੋਂ ਵੀ ਚੰਗੀ, ਉਮਰੋਂ ਵੀ ਚੰਗੀ। ਮਗਰ ਦੋਸਤੋ ਬੱਚਾ, ਜਿਹੜੇ ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਕਿ ਯਾਰ ਗਾਏ ਹੋਵੇ ਗਰਮੀ ਸਰਦੀ ਨਾ ਕਰੇ, ਉੱਤੇ ਸ਼ੈੱਡ ਜਨਾਬੇ ਸ਼ਾਵਰ ਨਾ ਲਾਣੇ ਪੈਣ, ਅੱਲਾ ਦੇ ਹੁਕਮ ਨਾਲ ਉਹ ਹੀ ਗਾਏ ਆ ਮੇਰੇ ਵੀਰਾਂ ਸਾਹਮਣੇ ਮਾਸ਼ਾਅੱਲਾ। ਤਸੱਲੀਆਂ ਟੋਟਲ ਕਰਾਉਣੀਆਂ ਨੇ ਮੈਂ ਆਪਣੇ ਭਰਾਵਾਂ ਨੂੰ।
ਹਰ ਚੀਜ਼ ਮੇਰੇ ਭਰਾਵਾਂ ਦੇ ਸਾਹਮਣੇ ਅਲਹਮਦੁਲਿਲਾ ਅੱਲਾ ਦੇ ਫਜ਼ਲ ਦੇ ਕਰਮ ਦੇ ਨਾਲ ਅੱਲਾ ਦੇ ਹੁਕਮ ਨਾਲ ਸੋਨਾ ਹੀ ਵਿਖਾਇਆ ਵੀਰਾਂ ਨੂੰ ਤੇ ਜਿਹੜੇ ਮੇਰੇ ਵੀਰ ਭਰਾ ਦੋਸਤ ਜੁੜੇ ਨੇ 8 ਸਾਲ ਤੋਂ ਤੁਹਾਡਾ ਦੇਸ਼ ਪੰਜਾਬ ਟੀਵੀ ਦਾ ਇੱਕ ਮਿਆਰ ਵੇਖਦੇ ਪਏ ਨੇ ਜਵੇਦ ਤੁਹਾਡੇ ਭਰਾ ਨੇ ਅੱਲਾ ਦੇ ਹੁਕਮ ਨਾਲ ਹਰ 8 ਸਾਲਾਂ 'ਚ ਜਿੱਥੇ ਵੀ ਵੀਰ ਨੂੰ ਜਾਨਵਰ ਦਿੱਤਾ ਜਿਹਨੂੰ ਦਿੱਤਾ ਅੱਲਾ ਦੇ ਫਜ਼ਲ ਨਾਲ ਉਹਨੇ ਦੁਬਾਰਾ 'ਤੇ ਵੀ ਮੰਗਾਇਆ ਇਹ ਨਹੀਂ ਕੀਤਾ ਕਿ ਵਾਰੀ ਇੱਕ ਹੋਈ ਹੈ ਉਹਦੇ ਨਾਲ ਭਾਈ ਚੈੱਕ ਕਰਾਓ ਅੱਗੋਂ ਕਿਸੇ ਨੇ ਫੜੀ ਤਾਂ ਨਹੀਂ ਨਹੀਂ ਫੜੀ ਇੱਕੋ ਹੀ ਚੀਜ਼ ਨਹੀਂ ਮੇਰੇ ਪੂਰੀ ਤਸੱਲੀ ਕਰਨ ਪੂਰਾ ਗਾਂ ਦਾ ਵਿਊ ਆ ਰਿਹਾ ਤੁਹਾਡੇ ਸਾਹਮਣੇ ਗਾਂ ਦੀ ਅਸੀਲਤਾ ਗਾਂ ਅੱਗੋਂ ਮਾਸ਼ਾਅੱਲਾ ਸੀਲ ਸਾਹਿਬ ਪੂਰੀ ਇਹ ਨਹੀਂ ਕਿ ਇਕੱਲੇ ਹਵਾਨੇ 'ਤੇ ਲੱਗਿਆ ਹੋਵੇ ਅੱਗੋਂ ਜਨਾਬੇ 8 ਬੰਦੇ ਫੜ ਕੇ ਖੜੇ ਹੋਵਣ ਕੋਈ ਜਨਾਬੇ ਦੇ ਉੱਤੋਂ ਬੰਨ ਤੋਂ ਫੜ ਤੇ ਖਲੋਤੇ ਹੋਵਣ ਕੋਈ ਨੱਕ ਤੋਂ ਫੜ ਤੇ ਖਲੋਤੇ ਹੋਵਣ ਕੋਈ ਮੁਰ ਇਹ ਗੱਲਾਂ ਨਹੀਂ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਨੇ ਜਦੋਂ ਦਿਖਾਇਆ ਅੱਲਾ ਦੇ ਹੁਕਮ ਨਾਲ ਸੱਚ ਹੀ ਦਿਖਾਇਆ ਸੱਚ ਤੋਂ ਸਿਵਾ ਕੁਛ ਵੀ ਨਹੀਂ ਕਦੇ ਦਿਖਾਇਆ ਹੋਰ ਮੈਨੂੰ ਯਕੀਨ ਜਨ ਕਲਿਪ ਨਾਲ ਜ਼ਿਆਦਾ ਚੰਗੀ ਲੱਗੀ ਕਈ ਵਾਰੀ ਇਹ ਮੇਰੇ ਮੈਂ ਆਪਣੇ ਵੀਰਾਂ ਤਾਂ ਦੱਸਦਾ ਮੈਂ ਸ਼ਾਇਦ ਵੀਡੀਓ ਚ ਗਾਂ ਹੋਵੇ ਨਜ਼ਰ ਨਾ ਆਵੇ ਉੱਤੇ ਜਿਹੜਾ ਆਵੇਗਾ ਆਪਾਂ ਨੂੰ ਖੁਸ਼ੀ ਹੈ ਆਪਾਂ ਕਹਾਂਗੇ ਕਿ 100% ਮੇਰੇ ਵੀਰ ਉੱਤੇ ਆਵੇ ਗਾਂ ਨੂੰ ਤੇ ਅੱਖਾਂ ਮੀਟ ਕੇ ਘਰੇ ਬੈਠਾ ਲਏਗਾ ਜਿਹੜੀਆਂ ਗੱਲਾਂ ਦੱਸੀਆਂ ਨੇ ਉਹਨਾਂ 'ਚ ਫਰਕ ਵੀ ਨਹੀਂ ਹੋਏਗਾ ਇਹ ਵੀ ਨਾਲ ਗੱਲ ਹੈ ਜਵੇਦ ਭਾਈ ਬੰਦੇ ਦੇ ਸਿਰ ਜਿੱਡਾ ਕੱਦ ਮੂੰਹ ਲਵੀ ਬਿਲਕੁਲ ਉਮਰ ਚੰਗੀ ਥਣ ਚੰਗਾ ਇਵੇਂ ਘਾਟੀ ਜਾਨਵਰ ਲੱਭਦੇ ਇਵੇਂ ਗੱਲ ਇਹਦੇ ਸ਼ੱਕ ਕੋ ਨਹੀਂ ਮੇਰੇ ਭਰਾ ਦੀ ਜਾਨ ਜੋ ਤੂੰ ਕਹਿ ਰਿਹਾ ਠੀਕ ਕਹਿ ਰਿਹਾ ਇਹਦੇ ਸ਼ੱਕ ਕੋ ਨਹੀਂ ਤੇ ਰੇਟ ਮੋਟੇ ਦਾ ਰਿਕਾਰਡ ਰੇਟ ਮਕੂਲ ਹੋਏਗਾ ਇਨਸ਼ਾਅੱਲਾ ਤਾਲਾ ਮੇਰੇ ਵੀਰਾਂ ਵਾਸ ਰੇਟ ਉਹ ਹੋਏਗਾ ਜਿਹੜਾ ਇਹਨੇ ਲੈ ਲੈਣਾ ਇਹ ਦੋਸਤੋ ਹੱਥ ਦੀ ਚੁਆਈ ਹੈ ਵਾਲੀ ਹੈ ਕੋਈ ਮਸ਼ੀਨ ਵਾਲੀ ਨਹੀਂ ਹੈ ਹੱਥ ਦੀ ਚੁਆਈ ਵਾਲਾ ਜਿਹੜਾ ਜਾਨਵਰ ਹੁੰਦਾ ਪਸਮਾਂ ਹੁੰਦਾ ਲੋਹੇ ਰੰਗਾ ਹੁੰਦਾ ਇੰਨਾ ਮਾਸ਼ਾਅੱਲਾ ਟੈਟ ਪਸਮਾਂ ਮੇਰੇ ਵੀਰਾਂ ਸਾਹਮਣੇ ਲੋਹੇ ਰੰਗਾ ਚੁਆ ਵੇਖਣ ਪਿਛਲਿਆਂ ਥਣਾਂ ਦਾ ਵੀ ਮਾਸ਼ਾਅੱਲਾ ਬੜਾ ਲਾਜਵਾਬ ਅੱਕਰ ਮਾਲੀਏ ਮੱਖੀ ਆਈ ਬਹੁਤ ਉੱਤੋਂ ਪੱਖਾ ਚਲਾ ਦੇਣਾ ਕਮਲੀ ਅੱਲਾ ਨਜ਼ਰੇ ਬੱਤ ਬਜਾਏ ਨਜ਼ਰ ਹੀ ਨਾ ਲੱਗ ਗਈ ਹੋਵੇ ਇੱਥੇ ਇੱਥੇ ਪਿਆ ਰਹਿੰਦੇ ਭਾਈ ਅੱਗੇ ਰਹਿੰਦੇ ਬਾਲਟੀ ਨਾ ਅੱਗੇ ਪਿੱਛੇ ਨਾ ਕਰ ਕੈਮਰਾਮੈਨ ਸਭ ਇੱਥੇ ਆ ਜਾਓ ਮਾਸ਼ਾ ਬਾ ਕਮਾਲ ਚੁਆ ਬਾ ਕਮਾਲ ਜਾਨਵਰ ਮੇਰੇ ਵੀਰਾਂ ਸਾਹਮਣੇ ਅੱਲਾ ਨਜ਼ਰੇ ਬਾਅਦ ਚੋਂ ਬਚਾਏ ਬਸ ਬਾਲਟੀ ਪਾਈ ਜਾਣੇ ਬਹੁਤ ਮਾਸ਼ਾਅੱਲਾ ਬਾਅਦ
ਚਲੋ ਕੋਈ ਨੀ ਬੱਚਾ ਬਾਅਦ ਪੀ ਲੈ ਬਾਅਦ ਚ ਚੋ ਲਿਆ ਜੀ ਸ਼ੇਰ ਸ਼ੇਰ ਖੰਡ ਬਾਅਦ ਚ ਚੋ ਲਿਆ ਜੀ ਬੱਚਾ ਮਾਸ਼ਾਅੱਲਾ ਬਹੁਤ ਹੋ ਗਿਆ ਮੇਰੇ ਵੀਰਾਂ ਸਾਹਮਣੇ ਜਿੱਦੀ ਗਾਂ ਆਪ ਹੀ ਓਡਾ ਹੀ ਮਾਸ਼ਾਅੱਲਾ ਬੱਚਾ ਦਿੱਤਾ ਮੇਰੇ ਵੀਰਾਂ ਨੂੰ ਪਤਾ ਕਿ ਜਿੱਡਾ ਕੱਦ ਵਾਲਾ ਜਾਨਵਰ ਹੋਏਗਾ ਓਡਾ ਹੀ ਉਹਨੇ ਕੱਦ ਵਾਲਾ ਬੱਚਾ ਦੇਣਾ ਮੇਰੇ ਵੀਰ ਮਾਸ਼ਾਅੱਲਾ ਗਾਂ ਦਾ ਚੁਆ ਗਾਂ ਦਾ ਦੁੱਧ ਲੇਕਿਨ ਬਿਲਕੁਲ ਸਵੈਦ ਚਿੱਟਾ ਦੋਸਤ ਜਿਵੇਂ ਮੱਝਾਂ ਦਾ ਹੁੰਦਾ ਰੇਹਦੇ ਭੈਣੇ ਅਤੇ ਗਰਮੀ ਵੀ ਨਹੀਂ ਕਰੇਗੀ ਮਾਸ਼ਾਅੱਲਾ ਕਰਮਾ ਨੇ ਗਰਮੀ ਸਰਦੀ ਦੀ ਵੀ ਸ਼ਹਿਜ਼ਾਦੀ ਉਹਦੇ ਉੱਤੇ ਕੋਈ ਆਪਾਂ ਨੂੰ ਸ਼ਾਵਰ ਨਹੀਂ ਲਾਉਣੇ ਪੈਣੇ ਕੋਈ ਪੱਖੇ ਨਹੀਂ ਲਾਉਣੇ ਪੈਣੇ ਉਹਨਾਂ ਲਿਆ ਲੀਟਰ ਹੈ ਜੀ ਪੂਰਾ ਮੇਰੇ ਵੀਰਾਂ ਸਾਹਮਣੇ ਵੇਲਾ ਹੈ ਜਨਾਬ ਇੱਕ ਹੈ ਮਾਸ਼ਾਅੱਲਾ ਦੋ ਹੈ ਜਨਾਬ ਤਿੰਨ ਹੈ ਜਨਾਬ ਚਾਰ ਹੈ ਮਾਸ਼ਾਅੱਲਾ ਪੰਜ ਪੰਜ ਹੈ ਜਨਾਬ ਛੇ ਹੈ ਮਾਸ਼ਾਅੱਲਾ ਸੱਤ ਸੱਤ ਹੈ ਮਾਸ਼ਾਅੱਲਾ ਸੱਤ ਹੈ ਅੱਠ ਹੈ ਨੌ ਨੌ ਹੈ ਦਸ ਹੈ ਗਿਆਰਾਂ ਹੈ ਜਨਾਬ ਬਾਰਾਂ ਬਾਰਵਾਂ ਮੇਰੇ ਵੀਰਾਂ ਸਾਹਮਣੇ ਤੋਂ ਹੋਰ ਵੀ ਚੋਕ ਵਿਖਾ ਦੇ ਬਾਈ ਹੋਰ ਚੋਕ ਵਿਖਾ ਵੀ ਦੁੱਧ ਅਸੀਂ ਖੁੱਲ੍ਹਾ ਛਡਾਇਆ ਮੇਰੇ ਵੀਰ ਦੋਸਤ ਵੇਖ ਲੈਣ ਪੰਜ ਲੀਟਰ ਦੀ ਆਵਾਜ਼ ਹੈ ਮੋਟਾ ਜੀ ਦੀ ਮੇਰੇ ਵੀਰਾਂ ਨੂੰ ਠੰਡੇ ਦੁੱਧ ਦੀ ਗੱਲਾਂ ਦੇਖਣਾ ਉਹ ਗੱਲ ਹੀ ਹੋਏਗੀ ਨਿੰਬੂ ਤਰ੍ਹਾਂ ਨੁੱਚੜ ਜਾ ਕੇ ਅੱਲਾ ਦੇਖੂੰਗਾ ਇਹਦੇ ਪੈਰ ਬੱਚਾ ਮਾਸ਼ਾਅੱਲਾ ਗਾਂ ਕਿੱਡਾ ਵੱਡਾ ਦਿੱਤਾ ਅੱਲਾ ਦੇਖੂੰਗਾ ਜਿੱਡੀ ਵੱਡੀ ਗਾਂ ਆਪ ਹੀ ਓਨਾ ਹੀ ਵੱਡਾ ਬੱਚਾ ਓਡੇ ਕੱਦਾਂ ਕੱਠ ਵਾਲੀ ਜਿਹੜੀ ਮਰਜ਼ੀ ਬਰੀਡ ਕਰਾਈ ਰੱਖਾਂਗੇ ਅੱਲਾ ਦੇਖੂੰਗਾ ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਿਬ ਨੂੰ ਚੱਲ ਲੈ 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 ਕੋਈ ਗੱਲ ਦੱਸਣ ਚੁੱਕਣ ਨੂੰ ਅੱਗੇ ਜਨਾਬੇ ਲਈ ਹੋਇਆ ਸਨ ਲੀਟਰ ਬਾਰਾਂ ਇਹ ਜਨਾਬੇ ਲਈ ਤੇਰਾਂ ਇਹ ਮੇਰੇ ਵੀਰ ਵੇਖ ਲੈਣ ਜਿਹੜੀਆਂ ਅੱਲਾ ਦੇਖੋ ਮੈਂ ਗੱਲਾਂ ਕੀਤੀਆਂ ਨੇ ਇਹ ਮੇਰੇ ਵੀਰਾਂ ਸਾਹਮਣੇ ਪੰਜੀ ਲੀਟਰ ਦੀ ਬਾਈ ਦੀ ਆਵਾਜ਼ ਹੋਈ ਮੇਰੇ ਵੀਰਾਂ ਨੂੰ ਔਰ ਹਰ ਗੱਲ ਬਾਕੀ ਭਾਈ ਮੋਟਰ ਤੋਂ ਪੁੱਛ ਲਾ ਕੇ ਅੱਲਾ ਦੇ ਫਜ਼ਲ ਨਾਲ ਗੱਲ ਮੇਰੇ ਵੀਰਾਂ ਦੇ ਭਰਾਵਾਂ ਦੋਸਤਾਂ ਲਈ ਰੇਟ ਉਹ ਕਰਨਗੇ ਕਿ ਜਿਹੜਾ ਲੈ ਲੈਣਾ ਮਾਸ਼ਾਅੱਲਾ ਉਹ ਬੰਦੇ ਮੇਰੇ ਤੋਂ ਬਾਅਦ ਛੇ ਗਾਵਾਂ ਲੈ ਕੇ ਬਿਲਕੁਲ
ਯਾਨੀ ਕਿ ਆਪਾਂ ਮੁੱਲ ਵੀ ਉਹ ਕਰਨਾ ਤੇ ਜਾਨਵਰ ਹੀ ਉਵੇਂ ਸਾਫ਼ ਸੁਥਰਾ ਆਪਣਾ ਆਸ ਪਾਸ ਹਾਂਜੀ ਸਾਫ਼ ਇਸੇ ਗੱਲ ਦਾ ਗਿਲਗਿਲਾ ਸ਼ਿਕਵਾ ਲਾਮਤ ਕੋਈ ਜਵੇਦ ਭਾਈ ਇਹਦੇ ਚ ਲਾਮਾ ਤਾਂ ਫਿਰ ਗਾਂ ਤੂੰ ਚੰਗੀ ਲੱਭਣੀ ਬੜੀ ਮਿਹਰਬਾਨੀ ਜੀ ਬੜੀ ਮਿਹਰਬਾਨੀ ਤੇ ਭਾਈ ਅਸਗਰ ਅਲੀ ਆਪਾਂ ਮੁੱਲ ਆਪਣੀ ਗਾਂ ਤਾਂ ਉਹ ਕਰਨਾ ਮੇਰੀ ਜਾਨ ਜੇ ਆਪਾਂ ਲੈ ਲੈਣੀ ਪੱਕਾ ਜਵੇਦ ਭਾਈ ਬਾਹਰ ਚ ਟੁਰੇ ਫਿਰ ਉਹ 4.25 ਲੱਖ 4 ਲੱਖ 4.5 ਲੱਖ ਆਪਾਂ ਮੁੱਲ ਨੀ ਲੈਣਾ ਮੁੱਲ ਸਿਰਫ ਮਕੂਲ ਆਪਾਂ ਲੈ ਮਕੂਲ ਹੀ ਕਰਨਾ ਚਾਹੁੰਦੇ 3 ਲੱਖ 30 ਹਜ਼ਾਰ ਰੁਪਇਆ 3 ਲੱਖ 30 ਹਜ਼ਾਰ ਦੇ ਵਿੱਚੋਂ ਵੀਰ ਕੋ ਪਿਆਰ ਮੁਹੱਬਤ ਸ਼ਫਕਤ ਕਰਾਵੇ ਆਪਾਂ ਕਰਾਂਗੇ ਜਨਾਬ ਮੇਰੇ ਵੀਰਾਂ ਦੇਖਿਆ 3 ਲੱਖ 30 ਹਜ਼ਾਰ ਰੁਪਏ ਹੱਕ ਅੱਲਾ ਦਾ ਰੇਟ ਹੈ ਜਾਨਵਰ ਅੱਜ ਦਾ ਰੇਟ ਆਪ ਬਿਆਨ ਕਰਦਾ ਪਿਆ ਕਿ ਜਿਹੜਾ ਬਾਈ ਨੇ 3 ਲੱਖ 30 ਹਜ਼ਾਰ ਰੁਪਏ ਮੰਗਿਆ ਆਪਣੀ ਬੈਠ ਦਾ ਗਲਤ ਮੰਗਿਆ ਕਿ ਸਹੀ ਮੰਗਿਆ ਇਹ ਮੂੰਹ ਵੇਖੋ ਕੰਨੀ ਵਾਲਾ ਦੰਦ ਆ ਵੇਖਦੇ ਪਏ ਨੇ ਉਵੇਂ ਛੋਟਾ ਖੜਾ ਮੇਰੇ ਵੀਰਾਂ ਦੋਸਤਾਂ ਸਾਹਮਣੇ ਇਹ ਜਿਹੀਆਂ ਤਸੱਲੀਆਂ ਇਹ ਜਿਹੀਆਂ ਗਰੰਟੀਆਂ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਤੋਂ ਦਿੰਦਾ ਔਰ ਅੱਜ ਦੀ ਵੀਡੀਓ ਕਿਸੇ ਮੇਰੇ ਵੀਰ ਨੂੰ ਪਸੰਦ ਆਉਂਦੀ ਕੋਈ ਮੇਰਾ ਮੁਹਤਰਮ ਭਰਾ ਖਰੀਦਣਾ ਚਾਹੁੰਦਾ ਸਾਡਾ ਰਾਬਤਾ ਨੰਬਰ ਲੈਂਦੇ ਜਾਓ 0300 ਪੂਰੇ ਜੀ 510 ਹੈ ਜੀ 4051 ਹੈ ਇਸੇ ਨੰਬਰ ਤੇ ਵਟਸਐਪ ਹੈ ਔਰ ਇਸੇ ਨੰਬਰ ਤੇ ਰਾਬਤਾ ਨੰਬਰ ਹੈ ਇਨਸ਼ਾਅੱਲਾ ਤਾਲਾ ਉਮੀਦ ਕਰਨਾ ਕਿ 25 ਲੀਟਰ ਵਾਲੀ 3 ਲੱਖ 30 ਹਜ਼ਾਰ ਚ ਗਾਂ ਦੋਸਤੋ ਨਹੀਂ ਲੱਭਣੀ ਸਿਰਫ ਔਰ ਸਿਰਫ ਤੁਹਾਡਾ ਦੇਸ਼ ਪੰਜਾਬ ਟੀਵੀ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੁੰਦਾ ਔਰ ਅੱਲਾ ਦੇ ਫਜ਼ਲ ਨਾਲ ਏਡੇ ਖਰੇ ਜਾਨਵਰ ਏਡੇ ਲਾਜਵਾਬ ਸਿਰਫ ਔਰ ਸਿਰਫ ਜ਼ੀਨਤ